ਮੂਤਰੀ ਮੇਰੇ ਕੋਲ ਬੱਚੇ ਖੜੇ ਸਨ ਇੱਕ ਐ ਉਹਨਾਂ ਦੇ ਭਰਾ ਯਾਨੀ ਕਿ ਉਹ ਸਖਾਨਦਾਰ ਹੁਣ ਮੈਂ ਦੇਖਿਆ ਕਿ ਤੁਹਾਡੇ ਚ ਬਹੁਤ ਪਿਆਰ ਨਾਲ ਮਿਲਿਆ ਤੁਹਾਨੂੰ ਪਿੱਛੇ ਚ ਛੱਤ ਤੇ ਪਿਆਰ ਇੰਜੀ ਸਾਡੀ ਦਾਸ ਵਿੱਚ ਉਹ ਬੈਠੇ ਨੇ ਸਾਲ ਬਿਸ਼ਾਰਾ ਦਲ ਪਿੰਡ ਦੇ ਵਾਂ ਅਸੀਂ 100 ਪਿੰਡ ਵਿੱਚ ਰਹਿਣਾ ਹੁੰਦਾ ਸਾਡੇ ਉਹ ਗਵਾਂਢੀ ਨੇ ਘਰ ਦੇ ਨਾਲ ਵੀ ਸਾਡੇ ਡੇਰੇ ਦੇ ਨਾਲ ਵੀ ਫਿਰ ਉਹ ਪਿੱਛੋਂ ਪਠਾਣਾ ਵਾਲੀਆਂ ਜਦੋਂ ਆਏ ਸਨ ਸਾਡੇ ਡੇਰੇ ਤੇ ਆ ਕੇ ਰੈਲਟਰੀਰ ਹੋਏ ਸਨ ਇਹ ਪਿੱਛੋਂ ਇੱਥੋਂ ਦੇ ਨਹੀਂ ਆ ਪਿੱਛੋਂ ਕਿਹੜਾ ਪਿੰਡ ਹੈ ਦਰੀਨਾ ਤੱਲਾ ਕੇ ਤੁਹਾਡਾ ਜੋਗੀ ਜੋਗੀਆਂ ਵਾਲਾ ਪਿੰਡ ਹੈ 48 ਵਿਰਕਾਂ ਦੇ ਨਾਲ ਉੱਥੋਂ ਦੀ ਇਹਨਾਂ ਦੀ ਪਦਾਇਸ਼ ਠੀਕ ਇਹ ਕਿਹੜਾ ਕਬੂਤਰ ਹੈ ਹੈ ਜੀ ਉਹ ਕਬੂਤਰ ਹੈ ਜਿਹੜਾ ਹਾਂਜੀ ਕਰੋ 2011 ਵਿੱਚ ਤਕਰੀਬਨ 7:26 ਦੇ ਬੈਠਾ ਸੀ ਜਦੋਂ ਅਸੀਂ ਚੈਂਪੀਅਨ ਹੋਏ ਉਸੇ ਤੁਹਾਡਾ ਉੱਡਿਆ ਕਬੂਤਰ ਹਾਂਜੀ ਉੱਡਿਆ ਕਬੂਤਰ ਹੈ ਅਸਾਂ ਜੋੜਿਆ ਤੇ ਪਾਇਆ ਪੰਜਾਬ ਦੇ ਠੀਕ ਇਹ ਪੰਜਾਬ ਵਿਨ ਕੀਤਾ ਸੀ ਅਸੀਂ ਪਹਿਲੇ ਨੰਬਰ ਤੇ ਪੰਜਾਬ ਵਿੱਚ ਆਏ ਸੀ ਠੀਕ ਹੈ ਕੀ ਨਾਮ ਹੈ ਦਾ ਇਹਨੂੰ ਅਸੀਂ 2 ਨੰਬਰ ਉਹ ਜਾਣਦੇ ਆ ਤੇ ਉਹ ਗੋਲਡਨ ਹਾਂਜੀ ਆਪਣੇ ਬਣਾਏ ਨੇ ਚੂਹੇ ਕਬੂਤਰ ਨਹੀਂ ਨਹੀਂ ਮੈਂ ਨਾ ਮੀਆਂ ਨਜ਼ੀਰ ਸਾਹਿਬ ਨੇ ਹਾਂਜੀ ਉਹਨਾਂ ਕੋਲੋਂ 1 ਲੱਖ ਦੀ ਕਬੂਤਰੀ ਲਿਆਂਦੀ ਸੀ ਨਾਲ ਲਿਆ ਕੇ ਉਹਦੇ ਚੂਹਾ ਕਬੂਤਰ ਲਾ ਕੇ ਤੇ ਉਹ ਬੱਚੇ ਕੱਟੇ ਆ ਠੀਕ ਹੈ ਇਹ ਪਿੱਛੋਂ ਚੂਹਿਆਂ ਵਿੱਚੋਂ ਕਰਾਸ ਹੈ ਆਜ਼ਾਦ ਬਾਦ ਸਾਹਿਬ ਕੋਲ ਵੀ ਉਹ ਜਿਹੜੇ ਬਾਨੂ ਵਾਲੇ ਕਹਿ ਰਹੇ ਹੋ ਬਾਨੂ ਵਾਲੇ ਠੀਕ ਯਾਨੀ ਕਿ ਉਹ ਕਬੂਤਰ ਮੇਰੇ ਭਰਾ ਦਾ ਨਾਂ ਹੈ ਨਾ ਬਾਨੂ ਅੱਛਾ ਉਹਦੇ ਨਾਂ ਤੋਂ ਮਿਸ਼ਰ ਇਹ ਵੀ ਦੱਸੋ ਨਾ ਕਿ ਵੱਡੇ ਭਾਈ ਸਨ ਤੁਹਾਡੇ ਬਾਨੂ ਹਾਂਜੀ ਉਹਨਾਂ ਦੀ ਵਜ੍ਹਾ ਤੋਂ ਤਾਂ ਬਾਨੂ ਵਾਲੇ ਪੈ ਗਏ ਆ ਪਹਿਲੋਂ ਯਾਨੀ ਕਿ ਅਸੀਂ ਬਚਪਨ ਦੇ ਕਬੂਤਰ ਮੇਰੇ ਬੂਹਰਾ ਰੱਖਿਆ ਫਿਰ ਮੇਰੇ ਭਾਈਏ ਰੱਖੇ ਬਾਕੀ ਉਹਨਾਂ ਰੱਖੇ ਸਨ ਉਡਾਨ ਦੀ ਹੱਦ ਤੱਕ ਉੰਜੀ ਸ਼ਕੀਨਨ ਬਾਜ਼ੀਆਂ ਦਾ ਆਗਾਜ਼ ਮੈਂ ਹੀ ਕੀਤਾ ਬਿਲਕੁਲ ਉਹ ਵੀ ਇੰਜ ਕਰ ਗਿਆ ਕਿ ਅੱਬੂ ਮੇਰੇ ਗਏ ਸਨ ਕਿਉਂਕਿ ਉਹ ਨਮਾਜ਼ ਹੀ ਭਰੇਦੇ ਨੇ ਬਾਜ਼ੀ ਨਹੀਂ ਲਾਣ ਦਿੰਦੇ ਹੋ ਗਏ ਹੰਜਮਾਤ ਨਾਲ ਤੇ ਹੁੰਦਿਆਂ ਨੂੰ ਚਿਹੜ ਵਿੱਚ ਬਾਜ਼ੀ ਲੱਗ ਗਈ ਸੀ ਮੈਂ ਨੱਸ ਗਿਆ ਬਾਜ਼ੀ ਛੱਡ ਕੇ ਕਿ ਮਾਰ ਪੈਣੀ ਹੈ ਕਾਰਕਰਦਗੀ ਜਿਹੜਾ ਕਬੂਤਰਾਂ ਦਾ ਅਹਿਮ ਕਰਦਾ ਹਾਂਜੀ ਸਭ ਤੋਂ ਜ਼ਿਆਦਾ ਤੇ ਇਹਨਾਂ ਦਾ ਜਿਹੜਾ ਜਿੱਥੋਂ ਦਾ ਬਣਾਏ ਨੇ ਉਹ ਕਬੂਤਰ ਵੀ ਤੁਹਾਨੂੰ ਵਾਹ ਲੈ ਬੰਦਾ ਸ਼ਕੀਨ ਹੋਵੇ ਤੇ ਮੈਂ ਵੇਖਿਆ ਯਾਰ ਮੈਂ ਤੇ ਬੰਦਾ ਹੋਵੇ ਜਰਾ ਸੱਜਾ ਨੇ ਆਪਣਾ ਹਾਂਜੀ ਇਹ ਮੇਰੇ ਨਾਲ ਹੀ ਹਾਲੇ ਤੱਕ ਵੇਖੋ ਨਾ ਨਹੀਂ ਨਾ ਉਹ ਮੈਂ ਬੜਾ ਹੌਲੀ ਛੋਟੇ ਜਿਹਾ ਬੱਚਾ ਸੀ ਤੁਹਾਡੇ ਇਹ ਯਾਨੀ ਕਿ ਉਹ ਚੂਹੇ ਕਬੂਤਰ ਨੇ ਜਿਹੜੇ ਅਸਾਂ ਮੀਆਂ ਸਾਹਿਬ ਵਾਲੇ ਕਬੂਤਰਾਂ ਨਾਲ ਕ੍ਰਾਸ ਕੀਤੇ ਹਾਂ ਠੀਕ ਹੈ ਮੀਆਂ ਸਾਹਿਬ ਵਾਲੇ ਕਬੂਤਰ ਹੈ ਯਾਨੀ ਕਿ ਅੱਛੀ ਬਰੀਡ ਹੈ ਬਾਕੀ ਜਿਹੜਾ ਨਾ ਟੈਡੀ ਗੋਲਡਨ ਜੋ ਵੀ ਤੁਸੀਂ ਕਰਾ ਇੱਥੇ ਲੋ ਜੀ ਦੋਸਤੋ ਇਹ ਜਿਹੜਾ ਨਾ ਬਨਾਵਟੀ ਹੁੰਦੇ ਨੇ ਗੱਲਾਂ ਮੈਂ ਤੁਹਾਨੂੰ 18-17 ਸਾਲ ਦੀ ਤੁਹਾਡਾ ਬਾਇਓਡਾਟਾ ਦੱਸਣਾ ਹੈ ਇਹ ਕਬੂਤਰ ਨੇ ਭਾਈ ਆਜ਼ਮ ਦੇ ਇਹ ਸਿੱਧਾ ਜਿਹਾ ਬੰਦਾ ਹੈ ਤੇ ਖਰਾ ਬੰਦਾ ਹੈ ਇਹ ਕਬੂਤਰ ਨੇ ਇਹਨਾਂ ਕੋ ਜਿਹਨੇ ਦੇ ਸ਼ੌਕ ਕੀਤਾ ਨਾ ਅਸੀਂ ਆਪ ਇੱਥੇ ਆ ਕੇ ਸ਼ੌਕ ਕਰਦੇ ਰਹਿੰਦੇ ਨੇ ਨਹੀਂ ਨਹੀਂ 7 ਵਜੇ ਬੈਠਾ ਸੀ ਚੈਂਪੀਅਨ ਹੋਇਆ ਸੀ ਹਾਂਜੀ ਇਹ ਵੀ ਉੱਡਿਆ ਹਾਂਜੀ ਅਕਤਰ ਸਾਹਿਬ ਬਕਾਇਦਾ ਮੇਰੀ ਜ਼ੇ ਮੈਰ ਨਹੀਂ ਹਾਂਜੀ ਉਹਦੇ ਨਾਲ ਬਾਜ਼ੀ ਲੱਗੀ ਸੀ ਤੇ ਉਹ ਆਂਦਾ ਸੀ ਜੀ ਐ ਅਕਤਰ ਸਾਹਿਬ ਨੂੰ ਮੈਂ ਸੱਦਿਆ ਮੈਂ ਕਿਹਾ ਜੀ ਸਵੇਰ ਕੋਈ ਖਲਲ ਨਾ ਪਵੇ ਆ ਕੇ ਦੇਖੋ ਆਜ਼ਮ ਪਹਿਲਵਾਨ ਆਏ ਸਨ ਉਸਤਾਦ ਆਜ਼ਮ ਪਹਿਲਵਾਨ ਉਸਤਾਦ ਆਜ਼ਮ ਪਹਿਲਵਾਨ ਸਾਹਿਬ ਆਏ ਸਨ ਨਾਲ ਮਲਕ ਅਖਤਰ ਆਇਆ ਸੀ ਠੀਕ ਹੈ ਇਹਨਾਂ ਆ ਕੇ ਤਸਦੀਕ ਕੀਤੀ ਸੀ ਕਿ ਛੱਤ ਵਾਲੇ ਕਬੂਤਰ ਨੇ ਇਹ ਉਹ ਦੂਸਰੇ ਕਬੂਤਰ ਨਹੀਂ ਹੈ ਬਿਲਕੁਲ ਨਹੀਂ ਬਾਕੀ ਐ ਵੇਖੋ ਨਾ ਕਬੂਤਰ ਦੱਸਣ ਦਾ ਮਕਸਦ ਕਿ ਹੈ ਭਾਈ ਆਜ਼ਮ ਦੇ ਨਾਲ ਕਬੂਤਰ ਇਹਨਾਂ ਦੇ ਵੱਡੇ ਮਾਪਿਓ ਘਰ ਤੇ ਇਹਨੋ ਜਾਂਦੇ ਆ ਘਰ ਹਾਂ ਬਾਨੂ ਵਾਲੇ ਕਬੂਤਰ ਸਨ ਇਹਨਾਂ ਆਊਟ ਕਲਾਸ ਜਦੋਂ ਕਬੂਤਰ ਘੱਟ ਰਜਾਨ ਸੀ ਨਾ ਸ਼ਾਮ ਸ਼ਾਮ ਹਾਂ ਜੀ ਉਸਤਾਦ ਜੱਜੇ ਨੂੰ ਇਹਨਾਂ ਕਬੂਤਰਾਂ ਬੜੀ ਇੱਜ਼ਤ ਦਿੱਤੀ ਕਬੂਤਰੀ ਨੇ ਉਹਨਾਂ ਕਿ ਉੱਡੇ ਨੇ ਕੱਲੀ ਕਬੂਤਰੀ ਜਿਹੜੀ ਮੈਂ ਆਂਦਾ ਨਹੀਂ ਪਈ ਬਾਨੂ ਵਾਲੀ ਇਹ ਥੱਲੇ ਥੱਲੇ ਉੱਡਦੇ ਸੀ ਹਾਂ ਜੀ ਥੱਲੇ ਥੱਲੇ ਮੈਂ ਤੁਹਾਨੂੰ ਉਹ ਹੀ ਦੱਸਣਾ ਪਿਆ ਪੱਪੂ ਜਨਿਆਲੇ ਵਾਲਾ ਨਹੀਂ ਉਸ ਟਾਈਮ ਬੜਿਆ ਰੋਹ ਹੀ ਹੋਏ ਸੀ ਉਹ ਕਬੂਤਰੀ ਨੇ ਫੜ ਕੇ ਵਾਹਦ ਪਾ ਦਿੱਤਾ ਸੀ ਇਹ ਆਸਾਂ ਭਾਈ ਦੇ ਛੋਟੀਆਂ ਅੱਖਾਂ ਹੈ ਹੀ ਕਹਿ ਰਹੀਆਂ ਨੇ ਬੰਦਾ ਨਹੀਂ ਕਹਿ ਰਹੀਆਂ ਬੰਦਾ ਅੱਖਾਂ ਨੇ ਠੀਕ ਹੈ ਸਿਆਲਕੋਟ ਹੀ ਨੇ ਹਾਂਜੀ ਸਿਆਲਕੋਟ ਹੀ ਕਬੂਤਰ ਨੇ ਇਹਨਾਂ ਦੇ ਕੋਈ ਅਸਤਾ ਸਦੀਕ ਸਾਹਿਬ ਨੇ ਕਬੂਤਰੀ ਸਾਨੂੰ ਦਿੱਤੀ ਸੀ ਅੱਛਾ ਤੇ ਜੋੜਾ ਉਹਨਾਂ ਮੈਨੂੰ ਲਾ ਕੇ ਦਿੱਤਾ ਤੇ ਦੋ ਹੀ ਬੱਚੇ ਨਿਕਲੇ ਨੇ ਇੱਕ ਆਜ਼ਾਦ ਬਾਟ ਲੈ ਗਿਆ ਤੇ ਇੱਕ ਮੈਂ ਡਾਂਦਾ ਰਿਹਾ ਉਹ ਕਬੂਤਰ ਵੀ ਮੇਰੇ ਕੋਲ ਘਰ ਮੌਜੂਦ ਹੈ ਇਹਨਾਂ ਦਾ ਅਸਤਾ ਸਦੀਕ ਦੇ ਹਵਾਲੇ ਨਾਲ ਕੀ ਕਹਿਣਾ ਚਾਹੋ ਤੁਹਾਡਾ ਕਾਫੀ ਵਕਤ ਗੁਜ਼ਰਿਆ ਹੋਣਾ ਹਾਂਜੀ ਉਸਤਾ ਸਦੀਕ ਵਰਗੇ ਬੰਦੇ ਵੀ ਪਰਖ ਕੋਨੇ ਜਿਹਨੇ ਰੂੜੀ ਵਿੱਚੋਂ ਵੀ ਕਬੂਤਰ ਬੰਦਾ ਤੇ ਪਰਖ ਵਾਲਾ ਉਹ ਵੀ ਜਿਹੜਾ ਰੂੜੀ ਵਿੱਚੋਂ ਵੀ ਕੱਢ ਕੇ ਦੇ ਠੀਕ ਉਹ ਰੂੜੀ ਵਿੱਚੋਂ ਕਬੂਤਰ ਪਹਿਚਾਣ ਨਹੀਂ ਰਹਾ ਇਹ ਕਿੰਨੇ ਕੁ ਦੇਰ ਉਹ ਜੋੜਾ ਤੁਹਾਨੂੰ ਲਾਇਆ ਸਾ ਪਹਿਲੋਂ ਨਾ ਉਹ ਇਹ ਤੇ ਮੇਰੇ ਹਿਸਾਬ ਨਾਲ 2018 ਕੁ ਸਾਲ ਆਇਆ ਨੇ 18 ਨਹੀਂ 20 18 ਕੁ ਸਾਲ ਹੋ ਗਏ ਜੀ ਸਾਹਿਬ ਉਮਰ ਸੰਦ ਕੇ ਉਹ ਜੋੜੇ ਲਾਏ ਅੱਜ ਤੱਕ ਤੁਹਾਡੇ ਕੋਲ ਮੁੱਕ ਨਹੀਂ ਹਾਂ ਮੇਰੇ ਕੋਲ ਇਹ ਹੀ ਨਸਲ ਜ਼ਿਆਦਾ ਕੋਈ ਸ਼ਬਦ ਮੈਂ ਟੈਡੀ ਟੂਣੀ ਪਾਏ ਨੇ ਠੀਕ ਹੈ ਮਸਲ ਜਿੱਥੇ ਪਾਉਂਦੇ ਉੱਥੇ ਕੰਮ ਵੀ ਕਰਦੇ ਹਾਂਜੀ ਇਹਨਾਂ ਵਿੱਚ ਕ੍ਰਾਸ ਚਾੜੀਆਂ ਵਿੱਚ ਵੀ ਇਹਨਾਂ ਦਾ ਸ਼ੌਕ ਰਹਾ ਪਰ ਦਰਅਸਲ ਨਾਲ ਝਾੜੇ ਇਹਨੇ ਪਿੱਛੇ ਪਿਆ ਹੈ ਕੋ ਦੋਸਤ ਵਿੱਚ ਵਿੰਦਨ ਕਹਿੰਦਾ ਆਸਾ ਭਾਈ ਮਕਸਦ ਹੈ ਕਿ ਵੇਖੋ ਸਾਧਨਾ ਜਿਹਨਾਂ ਬੜੇ ਦੋਸਤ ਤੁਹਾਡੇ ਤੋਂ ਲਾਵਾ ਵੀ ਕੋ ਮੇਰਾ ਵੀ ਕਾਫੀ ਵਕਤ ਗੁਜ਼ਰਿਆ ਐ ਉਸਤਾਦ ਸਦੀਕ ਦੇ ਹੱਥਾਂ ਦਾ ਲੱਗਾ ਹਾਂ ਕਿ ਉਹ ਕਹਿੰਦਾ ਜੋੜਾ ਲਾਣ ਦੇ ਬਹੁਤ ਲੇਕਿਨ ਗੱਲ ਫਿਰ ਉਹ ਹੀ ਆ ਗਈ ਕਿ ਜਿਹੜਾ ਕਈ ਦੋਸਤਾਂ ਨੂੰ ਸ਼ੋਹਰਤ ਨਹੀਂ ਮਿਲਦੀ ਨਹੀਂ ਨਹੀਂ ਉਹ ਮਾੜੇ ਬੰਦੇ ਉਹਨਾਂ ਨੂੰ ਸ਼ੋਹਰਤ ਕਿੰਨੇ ਦੇਣੀ ਸੀ ਮੈਂ ਦੇਖੋ ਕੋਈ ਅੱਜ ਕੱਲ ਪਤਾ ਕਿਸੇ ਨੂੰ ਕੁਝ ਨਹੀਂ ਹੁੰਦਾ ਤੇ ਸ਼ੋਹਰਤ ਲੱਭ ਜਾਂਦੀ ਹੈ ਸਿਰਫ ਪੈਸੇ ਦੀ ਕਰਦਾ ਰਹੇ ਬੰਦੇ ਦੀ ਤਾਂ ਕਰਦਾ ਬੰਦੇ ਦੀ ਆਖੋ ਨਾ ਵੇਖੋ ਸਾਰੇ ਸ਼ੌਕ ਹੀ ਠੀਕ ਹੈ ਪੈਸੇ ਦੀ ਕਰਦਾ ਰਹੇ ਅੱਜ ਕੱਲ
ਤੁਹਾਡਾ ਭਾਈ ਨਾਲ ਬੈਠਾ ਮੈਂ ਜਨਾਬ ਉਹਨੂੰ ਜ਼ਰੂਰ ਮੈਗਜ਼ੀਨ ਦੇ ਵਿੱਚ ਜਗ੍ਹਾ ਦਿੱਤੀ ਸੀ ਮੈਂ ਪੈਸਾ ਉਹਨਾਂ ਦੇ ਸ਼ਾਇਦ ਕਿਉਂ ਜੀ ਹਾਂਜੀ ਇਹ ਆਜ਼ਮ ਭਾਈ ਜਿਹੜਾ ਦੂਸਰਾ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਤੁਹਾਡੇ ਕਬੂਤਰ ਦੇ ਨਾਮ ਤੋਂ ਤੁਹਾਡੇ ਮਸੂਬ ਨੇ ਬਾਨੂ ਵਾਲੇ ਵੱਡੇ ਭਾਈ ਸਨ ਤੁਹਾਡੇ ਉਹ ਮੇਰਾ ਵੱਡਾ ਭਾਈ ਮੈਂ ਤੁਹਾਡੇ ਤਕਰੀਬਨ ਤੁਸੀਂ 10-12 ਸਾਲ ਤੋਂ ਸ਼ੌਕ ਕੀਤਾ ਤੇ ਇਹ ਕਬੂਤਰਾਂ ਬੜੀ ਕਾਰ ਕਰਦੇ ਨੰਬਰਾਂ ਚ ਤੁਸੀਂ ਰਹੇ ਸ਼ੁਰੂ ਤੋਂ ਮੈਂ ਜਦੋਂ ਦੇਖਣਾ ਆਜ਼ਮ ਛੋਟੇ ਤੋਂ ਲੈ ਕੇ ਗੁੱਗੇ ਪਾਉਂਦੇ ਸੀਗੇ ਤੁਸੀਂ ਹੁਣ ਤੱਕ ਵੀ ਚੈਂਪੀਅਨ ਪੰਜਾਬ ਤੋਂ ਚਲੋ ਇਲਾਵਾ ਵੀ ਮਤਲਬ ਕਿ ਇਹ ਨਸਲ ਜਾਂ ਬਰੀਡ ਹੁੰਦੀ ਜਿਹੜਾ ਨਾਮ ਬੰਦਣਾ ਪੈਂਦਾ ਇੱਕ ਨਾ ਅਰਫਾਨ ਸਹਿਸਰਿਆਲਾ ਨਹੀਂ ਹਾਂਜੀ ਮਹਤਾਜੀ ਸਿਰਫ ਅੱਲਾ ਦੀ ਜ਼ਾਤ ਦੀ ਜਾਂ ਸਾਦ ਆਪਣੇ ਦੀ ਉਹਨਾਂ ਦੀਆਂ ਦੁਆਵਾਂ ਚਾਹੀਦੀਆਂ ਨੇ ਤੇ ਭਰਾਵਾਂ ਦਾ ਸਾਥ ਚਾਹੀਦਾ ਮਸਲਾ ਕਿ ਪਰਫੈਕਟ ਕਬੂਤਰ ਨੇ ਹਾਂ ਕਬੂਤਰਾਂ ਦਾ ਕੋਈ ਮਸਲਾ ਨਹੀਂ ਹੈ ਕਿ ਮੈਂ ਇਹ ਆਖਾਂ ਮੈਂ ਕੋ ਕਬੂਤਰ ਭੈੜੇ ਨੇ ਮੈਂ ਨਹੀਂ ਆ ਸਕਦਾ ਅਗਰ ਫਲਾਣਾ ਹੋਵੇ ਕਬੂਤਰ ਮੈਂ ਕੋ ਵਧੀਆ ਨੇ ਨਾਲ ਉਸਤਾਦ ਕਾਰੀਗਰ ਵੀ ਚੰਗਾ ਹੋਣਾ ਚਾਹੀਦਾ ਜੰਜ ਸ਼ੁਆਬ ਜੱਟਾਂ ਦੀ ਛੱਤ ਤੇ ਸ਼ੁਆਬ ਭਾਈ ਨੇ ਮਿਹਨਤ ਕੀਤੀ ਹੈ ਪਾਲਿਸ਼ ਮੇਰੇ ਕਬੂਤਰਾਂ ਨੂੰ ਕੀਤਾ ਨਾਲ ਜਾਜ ਬੱਟ ਸਾਹਿਬ ਨੇ ਕੀਤਾ ਅੱਲਾ ਨੇ ਉਹਨਾਂ ਨੂੰ ਇੱਜ਼ਤ ਦਿੱਤੀ ਹੈ ਉਸਤਾਦ ਮਾਹੀਓ ਨੂੰ ਵੀ ਇੱਜ਼ਤ ਦਿੱਤੀ ਹੈ ਠੀਕ ਹੈ ਉਹਨਾਂ ਦੇ ਸਾਰੇ ਗਰੁੱਪ ਨੂੰ ਇੱਜ਼ਤ ਦਿੱਤੀ ਹੈ ਯਾਨੀ ਕਿ ਪਾਕਿਸਤਾਨ 2021 ਦਾ ਚੈਂਪੀਅਨ ਜੇੜਦਾ 65 ਘਰਾਂ ਨਾਲ ਉਹਨਾਂ ਬਾਜ਼ੀ ਲਾਈ ਸੀ 65 ਨੂੰ ਵਿਨ ਕੀਤਾ 2017 ਵਿੱਚ ਉਹਨੇ ਹਸਨ ਸ਼ਾਹਰਾ ਕੋਲ ਬਾਜ਼ੀ ਜਿੱਤੀ ਇਹ ਨਹੀਂ ਕਿ ਉਹਦੇ ਹੋਣ ਉੱਡੇ ਨੇ 2019 ਵਿੱਚ ਵੀ ਉਹਦੇ ਕਬੂਤਰਾਂ ਚੰਗੀ ਕਾਰਗਰਦਗੀ ਬੜੀ ਗਰਮੀ ਪੈਂਦੀ ਉਸ ਤੋਂ ਬਾਅਦ 2013 ਦੀ ਮੈਨੂੰ ਗੱਲ ਯਾਦ ਆ ਗਈ ਸ਼ੁਐਬ ਜੱਟ ਸ਼ੇਖ ਅਫਜ਼ਲ ਵਾਲੀ ਛੱਤ ਤੇ ਬੈਠਾ ਸੀ ਉਹ ਵੀ ਚੈਂਪੀਅਨ ਹੋਈ ਸਿਆਲਕੋਟ ਦਾ ਯਾਨੀ ਕਿ ਬੰਦਾ ਜਿਹੜਾ ਮੈਂ ਵਾਹਵਾ ਦੇਰ ਦਾ ਕੋਈ ਭਾਈ ਸ਼ੁਐਬ ਵੇਖਣਗੇ ਬਾਦੋਂ ਤੇ ਮੇਰੇ ਵੱਲੋਂ ਭਾਈ ਅਗਰ ਉਹਨਾਂ ਦੀ ਕੋਈ ਨਹੀਂ ਤੁਹਾਨੂੰ ਤੁਸੀਂ ਗਲਤਫਹਿਮੀ ਨਾਲ ਬਿਆਨ ਦਿੱਤਾ ਨਹੀਂ ਦੇਖੋ ਮੈਨੂੰ ਨਹੀਂ ਸੀ ਪਤਾ ਮੈਂ ਨਹੀਂ ਸਰੋਂ ਜਾਣਦਾ ਤੁਸੀਂ ਦੱਸ ਦਿਓ ਨਾ ਫਿਰ ਮੈਨੂੰ ਹੋਰ ਸਾਧਦਾ ਨੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਆਜ਼ਾਦ ਹੋ ਕਿਸੇ ਦੀ ਦਿਲ ਆਜ਼ਾਦੀ ਹੋ ਤਾਂ ਭਾਈ ਤੋਂ ਜਨਾਬ ਅਸੀਂ ਮਾਜ਼ਰਾ ਕਰਦੇ ਹਾਂ ਲਾਈਵ ਮੈਂ ਕਹਿ ਰਿਹਾ ਸ਼ੁਐਬ ਜੱਟ ਜਿਹੜਾ ਨਾ ਉਹ ਮਿਹਨਤੀ ਬੰਦਾ ਹੈ ਮਿਹਨਤ ਬਹੁਤ ਜ਼ਿਆਦਾ ਕਰਦਾ ਹੈ ਠੀਕ ਹੈ ਬਾਕੀ ਇਹ ਵੇ ਕਿ ਇਹ ਨਹੀਂ ਸੁਖਿਆ ਕਿ ਹਰ ਸੀਜ਼ਨ ਹੈ ਕਿ ਜੰਜ ਉਹਨਾਂ ਨੂੰ ਅੱਲਾ ਪਾਕ ਨੇ ਜਿੱਤ ਦਿੱਤੀ ਹੈ ਹੋ ਸਕਦਾ ਜ਼ਿੰਦਗੀ ਵਿੱਚ ਨਾ ਬਾਕੀ ਇਹ ਨਹੀਂ ਕਿ ਉਹਦੇ ਕਬੂਤਰ ਭੈੜੇ ਉੱਡਣ ਦੇ ਅਜੇਠ ਅੱਗੋਂ ਵੀ ਉਹਨਾਂ ਬਾਜ਼ੀਆਂ ਲਾਈਆਂ ਨੇ ਕਬੂਤਰ ਉਹਨਾਂ ਦੇ ਚੰਗੇ ਹੀ ਉੱਡਣ ਜਨਾਬ ਵੇਖੋ ਤੁਸੀਂ ਸੁਣਦੇ ਤੇ ਲਾਈਵ ਹੀ ਸੁਣਦੇ ਸੀ ਜਾਂ ਆਪਣੇ ਵੀਰ ਕੋ ਜਾਵਾਂਗੇ ਸ਼ਵੇਰ ਜੱਟ ਸਾਹਿਬ ਐ ਮੈਂ ਜਾਣਾ ਅਨ ਕਰੀਬ 7-8 ਨਹੀਂ ਵੇਖੋ ਸੀ ਸਾਡਾ ਇਹ ਤੁਹਾਡਾ ਸ਼ੌਕ ਵੀ ਮਾਵਾਂ ਦਾ ਤੁਹਾਨੂੰ ਕੋਈ ਇਖਤਲਾਫ ਨਹੀਂ ਹੈ ਅਸੀਂ ਇੱਕ ਦੋਸਤ ਨਾਲ ਆਪਣੇ ਨੂੰ ਉਹਨਾਂ ਦਾ ਮਸਾ ਬਣਾ ਲੈਂਦੇ ਸ਼ੌਕ ਨੂੰ ਜਿਹੜਾ ਕੋਈ ਅੱਛਾ ਉਹਨੂੰ ਅੱਛਾ ਕਹਿਣਾ ਚਾਹੀਦਾ ਮੇਰਾ ਜਿਹੜਾ ਮੌਕਾ ਫੇ ਕਿਹੜੀ ਸਲਾਮ ਜੇ ਤੁਹਾਨੂੰ ਕਬੂਤਰ ਉਡਾਣੇ ਆਉਂਦੇ ਨੇ ਨਾ ਤੁਹਾਡੀ ਬੈਗ ਤੇ ਵੀ ਬੜੇ ਬੰਦਿਆਂ ਕਿਹਾ ਕਿ ਯਾਰ ਆਜ਼ਮ ਕੋਈ ਕਬੂਤਰ ਨਹੀਂ ਉੱਡਦੇ ਮੈਂ ਯਾਰ ਇਹ ਗੇਮ ਦਾ ਹਿੱਸਾ ਹੈ ਹੰਦ ਵੇਖੋ ਨਾ ਤੁਸੀਂ ਦਾਨ ਕੀਤਾ ਮੈਂ ਛਾਪ ਲੈ ਰਿਹਾ ਜਿੰਨੀ ਦੇ ਸ਼ੌਕ ਕੀਤਾ ਮੇਰੇ ਕਬੂਤਰ ਉੱਡੇ ਨੇ ਨਹੀਂ ਮੈਂ ਹੁਣ ਵੇਖੋ ਤੁਹਾਡੀ ਛਾਤ ਤੇ ਮੈਂ ਦਾਨ ਜਾਣਾ ਤੁਸੀਂ ਡਾਕੀ ਟੁਚਲਾ ਲੈਂਦੇ ਹੋ ਤੇ ਆਂਦੇ ਉਸਤਾਦ ਆ ਕੇ ਉਸਤਾਦ ਨੇ ਫੀਮ ਭਰ ਲੈਣੀ ਹੈ ਠੀਕ ਹੈ ਕਬੂਤਰ ਚੰਗੇ ਹੋਣੇ ਚਾਹੀਦੇ ਨੇ ਉਸਤਾਦ ਨੇ ਵੀ ਮੈਂ ਦੇਖੋ ਤੁਹਾਡੇ ਕੋਲ ਆਉਂਦੇ ਜਾਂਦੇ ਰਹੇ ਪ੍ਰਾਂਤ ਅੱਲਾ ਕਿ ਮੈਂ ਯਾਰ ਕਬੂਤਰ ਨਹੀਂ ਵੀ ਉੱਡਦੇ ਨਹੀਂ ਨਹੀਂ ਆਂਦਾ ਉਸਤਾਦ ਬੜੇ ਵੱਡੇ ਕਬੂਤਰ ਚੰਗੇ ਹੋਣਾ ਤੇ ਉਸਤਾਦ ਉਡਾ ਲੈਂਦੇ ਨੇ ਜਿਹੜੇ ਕਾਰੀਗਰ ਬੰਦੇ ਨੇ ਉਡਾ ਲੈਂਦੇ ਨੇ ਠੀਕ ਕਾਰੀਗਰ ਹੋਣਾ ਵੀ ਬੜਾ ਯਾਨੀ ਕਿ ਘੱਟ ਇਸ ਦੌਰ ਵਿੱਚ ਕਾਰੀਗਰ ਰਹਿ ਗਏ ਨੇ ਅੱਜ ਕੱਲ ਮੀਡੀਆ ਦਾ ਦੌਰ ਹੈ ਠੀਕ ਹੈ ਹਰ ਇੱਕ ਬੰਦਾ ਆਂਦਾ ਮੈਂ ਉਸਤਾਦ ਕਲਾਵਾਂ ਕਬੂਤਰ ਮੇਰਾ ਸਲਾਰਾ ਡੈਡੀ ਹੈ ਇਹ ਮੈਂ ਮੀਆਂ ਸਾਹਿਬ ਕੋਲੋਂ 98,000 ਰੁਪਏ ਦਾ ਕਬੂਤਰ ਇਹਦਾ ਪਿਓ ਲਿਆਂਦਾ ਘਰ ਹੈ ਤੁਸੀਂ ਕਦੇ ਮਾੜੇ ਤੁਸੀਂ ਲੱਖ ਲੱਖ 98,000 ਠੀਕ ਹੈ ਇਹ ਮੈਂ ਭਲਾ ਕਿਦੋਂ ਲਿਆਂਦਾ 2002-03 ਵਿਚ ਮੀਆਂ ਸਾਹਿਬ ਕੋਲੋਂ ਮੇਰੇ ਯਾਨੀ ਕਿ ਮੈਂ ਬੱਚਾ ਸਾ ਉਦੋਂ ਉਦੋਂ ਲੱਖ ਦੀਆਂ 4 ਮੱਝਾਂ ਆ ਜਾਂਦੀਆਂ ਜਦੋਂ 98 ਦਾ ਕਬੂਤਰ ਆਇਆ ਠੀਕ ਹੈ ਤੇ ਇਹ ਜਿਹੜਾ ਚੋਈ ਅਸਜਦ ਦੀ ਛੱਤ ਉਸਤਾਦ ਹਮਾਇਓ ਸਾਹਿਬ ਦੇ ਸ਼ਗਿਰਦ ਨੇ ਚੋਈ ਅਸਜਦ ਹਾਂਜੀ ਐਕਾ ਜੇਠ ਵਿੱਚ ਯਾਨੀ ਕਿ ਇਹਦਾ ਜਿਹੜਾ ਪੱਠਾ ਹੈ ਨਾ ਇਹਦਾ ਜਿਹੜਾ ਪੱਠਾ ਹੈ ਨਾ ਹਾਂਜੀ ਉਹ ਜੇਠ ਵਿੱਚ 7 ਵਜੇ ਤੋਂ ਪਾਰ ਕਿੰਨੀਆਂ ਪੜਕਾਂ ਬੈਠਾ ਹੈ ਉੱਥੇ ਹਾਂਜੀ ਸਿਆਲਕੋਟ ਨਹੀਂ ਗੁਜਰ ਕੜੀਆਂ ਠੀਕ ਚੋਈ ਅਸਜਦ ਐਕਾ ਤੁਹਾਨੂੰ ਪਤਾ ਅਸੂ ਵਿੱਚ ਵੀ ਚੈਂਪੀਅਨ ਹੋਇਆ ਇਹ ਕਬੂਤਰ ਅਸੂ ਵਿੱਚ ਵੀ ਉਹਨਾਂ ਨੇ ਹੈਰਾਨ ਨਹੀਂ ਬੈਠਾ ਕਬੂਤਰਾਂ ਦਾ ਸਿਆਲਕੋਟੀ ਕਬੂਤਰ ਡੱਬ ਵਾਲਾ ਕਬੂਤਰ ਲਿਆ ਡੱਬ ਵਾਲੇ ਵੀ ਅਸੀਂ ਆਪ ਹੀ ਬਣਾਏ ਨੇ ਮੀਆਂ ਸਾਹਿਬ ਕੋਲ ਇੱਕ ਡੱਬ ਵਾਲੀ ਕਬੂਤਰੀ ਲਿਆਂਦੀ ਸੀ ਉਹਦੇ ਤੋਂ ਕੰਪਲੀਟ ਬਣਾਈ ਐਵੇਂ ਜਿਹਾ ਭਰਾ ਹੈ।
ਐਨਨ ਖਾ ਕੋਲ ਇਹਦਾ ਭਰਾ ਜਿਹੜਾ ਹੈ ਕੰਜੇਠ ਵੇ ਸ਼ਾਮ ਨੂੰ ਬੈਠਾ ਇਸੇ ਕਲਰ ਦਾ ਜ਼ੀਰਾ ਕਮੂਦਾਰ ਭਾਈ ਨੈਨ ਖਾ ਨੀ ਹਾਂਜੀ ਹਾਂਜੀ ਉਹਨਾਂ ਹੀ ਛੱਤ ਤੇ ਇਹ ਜ਼ੀਰੇ ਦਾ ਭਰਾ ਸ਼ਾਮ ਨੂੰ ਬੈਠਾ ਐ ਕੰਜੇਠ ਵੇ ਜੀ ਅੱਛਾ ਮੌਜੂਦਾ ਹੁੰਦੇ ਦਾ ਸੀ ਹਾਂਜੀ 2021 ਵਿੱਚ ਹੀ ਮਸਾਂ ਤੋਂ ਸ਼ੌਕ ਤੁਸੀਂ ਇਹਨ ਰਹੇ ਹੋ ਸ਼ੌਕ ਹੈ ਜੇ ਲੇਕਿਨ ਦੋਸਤਾਂ ਸਾਥੀਆਂ ਨਾਲ ਹਾਂਜੀ ਉਹ ਭਲਾ ਕੀ ਗੱਲ ਹੈ ਵੇਖੋ ਹੁਣ ਚਾਲੂ ਕੀਤਾ ਤੁਹਾਨੂੰ ਵੀ ਸਾਥ ਲੈ ਤੁਸੀਂ ਕਿੰਨੀ ਦਫਾ ਗੁਜ਼ਾਰਿਸ਼ ਕੀਤੀ ਹੈ ਆਦਮ ਭਾਈ ਸ਼ੌਕ ਮੈਂ ਕਿਹਾ ਜਦੋਂ ਆਵਾਂਗੇ ਨਾ ਦੋਸਤਾਂ ਨੇ ਇੱਕ ਮੀਡੀਆ ਦਾ ਭਾਈ ਪਤਾ ਕੀ ਗੱਲ ਹੁੰਦੀ ਪਰਫਾਰਮਰ ਕਬੂਤਰ ਹੋ ਫਾਜੀ ਝੂਠ ਨਾ ਮਾਰੀ ਮੀਡੀਆ ਨਹੀਂ 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 ਜਿਹੜੇ ਕਿਸੇ ਦੀ ਕਾਰਗਰਦਗੀ ਉਹਨੂੰ ਸਰਾਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਕੋਲ ਟੈਡੀ ਕਬੂਤਰ ਨੇ ਠੀਕ ਹੈ ਇਹਨਾਂ ਵਿੱਚ ਯਾਨੀ ਕਿ ਚੂਹੇ ਕਬੂਤਰਾਂ ਦਾ ਕ੍ਰਾਸ ਹੈ ਆਪਣੇ ਤੁਹਾਡੇ ਕੋਲ ਹਾਂਜੀ ਆਪ ਬਣਾਏ ਨੇ ਇਹਨਾਂ ਦਾ ਦਾਦਾ ਜਿਹੜਾ ਉਹ ਮੀਆਂ ਸਾਹਿਬ ਕੋਲੋਂ ਆਇਆ ਸੀ 98000 ਦਾ ਸਲਾਰੇ ਦਾ ਭਰਾ ਆਇਆ ਠੀਕ ਤੇ ਐਸੀ ਜੋੜੇ ਆਪਣੇ ਆਪ ਲਾਉਂਦੇ ਹੋ ਹਾਂਜੀ ਜੋੜੇ ਮੈਂ ਆਪਣੇ ਆਪ ਦੋਸਤ ਦੇ ਮਸ਼ਾਵਰਾ ਦਾ ਨਹੀਂ ਮਸ਼ਾਵਰਾ ਤਾਂ ਕੋਈ ਨਹੀਂ ਕਿਸੇ ਦੀ ਵੀ ਠੀਕ ਹੈ ਉਸਤਾਦ ਸਦੀਕ ਨੇ ਇੱਕ ਜੋੜਾ ਲਾ ਕੇ ਦਿੱਤਾ ਦੋ ਉਦੋਂ ਅੱਗੇ ਮੈਂ ਆਪਣੇ ਜ਼ਿਹਨ ਨਾਲ ਹੀ ਲਾਨਾ ਵਾਂ ਮੈਂ ਅੱਜ ਦਿਨ ਤੱਕ ਕੋਈ ਬੰਦਾ ਇਹ ਵੀ ਨਹੀਂ ਸਾਬਤ ਕਰ ਸਕਦਾ ਮੈਂ ਉਸਤਾਦ ਆਜ਼ਮ ਦੇ ਝੂਠ ਬੋਲ ਕੇ ਕੋਈ ਵੀ ਨਹੀਂ ਆ ਸਕਦਾ ਕਿ ਮੈਂ ਉਸਤਾਦ ਆਜ਼ਮ ਦੇ ਜੋੜੇ ਲਾ ਕੇ ਬੂਟਾ ਲਾਇਆ ਵੇ ਹੈ ਉਹ ਜਿਹੜਾ ਬੂਟਾ ਲਾ ਕੇ ਉਹਦਾ ਤੁਸੀਂ ਫਲ ਖਾ ਕਿਉਂ ਜੀ ਉਹਦਾ ਫਲ ਹਲੇ ਤੱਕ ਤੁਹਾਨੂੰ ਮਿਲਿਆ ਸੀ ਉਸਤਾਦ ਜੀ ਵੇਖੋ ਜੀ ਅਸੀਂ ਸਵੇਰ ਫਜਰ ਦੀ ਨਮਾਜ਼ ਪੜ੍ਹੀ ਦੀ ਹੈ ਉਹਨਾਂ ਦੇ ਹੱਕ ਵਿੱਚ ਦੁਆ ਕਰੀ ਦੀ ਹੈ ਉਸਤਾਦ ਰਿਆ ਸਾਹਿਬ ਦੇ ਹੱਕ ਵਿੱਚ ਦੁਆ ਕਰੀ ਦੀ ਹੈ ਠੀਕ ਹੈ ਜਿਨ੍ਹਾਂ ਲੋਕਾਂ ਮੈਨੂੰ ਯਾਨੀ ਕਿ ਇਹ ਇੱਜ਼ਤ ਦਵਾਈ ਹੈ ਕਮਾਲ ਕਬੂਤਰਾਂ ਦਾ ਉਸਤਾਦ ਸਦੀਕ ਸਾਹਿਬ ਦਾ ਤੇ ਕਬੂਤਰਬਾਜ਼ੀ ਮੈਨੂੰ ਸਤਾਈ ਹੈ ਉਸਤਾਦ ਰਿਆ ਸਾਹਿਬ ਨੇ ਕਿਉਂਕਿ ਉਹ ਚੈਂਪੀਅਨ ਹੈ ਇਹ ਵੀ ਕਬੂਤਰ ਮੀਆਂ ਸਾਹਿਬ ਕੋਲੋਂ ਅਸਾਂ ਲੱਖ ਦੀ ਕਬੂਤਰੀ ਲਿਆਂਦੀ ਸੀ ਇਹਦੀ ਮਾਂ ਤੇ ਨਾਲ ਕਬੂਤਰ ਜਿਹੜਾ ਉਸਤਾਦ ਸਦੀਕ ਨੇ ਲਾ ਕੇ ਦਿੱਤਾ ਸੀ ਭਾਈ ਸ਼ੁਆਬ ਕੋਲ ਇਹਦਾ ਭਰਾ ਜਿਹੜਾ ਨਾ ਫਿਰਤਾਂ ਵਿੱਚ ਰਾਤ ਨੂੰ 8-8 ਵਜੇ ਬਹਿੰਦਾ ਸੀ 80 ਨੰਬਰ ਠੀਕ ਹੈ ਸਿਆਲਕੋਟ ਹਾਂਜੀ ਛੱਡਿਆ ਬਾਕੀ ਉਹ ਫਿਰਤਾਂ ਵਿੱਚ ਇੱਕ ਦਿਨ ਬੱਦਲ ਪਿਆ ਜ਼ਾਇਆ ਹੋ ਗਿਆ ਬਾਕੀ ਅਸੀਂ ਇਹਨਾਂ ਨੂੰ ਨਾ ਟੈਰੀਆਂ ਹੋਏ ਕ੍ਰਾਸ ਕਰਕੇ ਵਿਡਾਉਂਦੇ ਆ ਜਿਹੜੇ ਸਲਾਰੇ ਨੇ ਨਾ ਉਹਨਾਂ ਵਿੱਚ ਅੱਛਾ ਮਸਾਂ ਜਿਹੜਾ ਆਪਣੇ ਤੁਸੀਂ ਕਬੂਤਰਾਂ ਦੇ ਵਿੱਚ ਜਿਹੜਾ ਕੋਈ ਨਵਾਂ ਲਿਆਉਂਦੇ ਹੋ ਆਪਣੇ ਭਾਰ ਦੇ ਵਿੱਚ ਸ਼ਾਮਲ ਹਾਂਜੀ ਉਹ ਬਾਨੂ ਵਾਲੇ ਕਬੂਤਰ ਜ਼ਰੂਰ ਪੈਂਦੇ ਨੇ ਠੀਕ ਹੈ ਇਹਦੇ ਵਿੱਚ ਵੀ ਬਾਨੂ ਵਾਲਾ ਪਾਰ ਹੈ ਟੈਰੀਆਂ ਦੇ ਪਾਰ ਬੜੇ ਦੋਸਤ ਕਹਿੰਦੇ ਸਾਨੂੰ ਫਰਮਾਏ ਸੀ ਹਾਂਜੀ ਤੁਹਾਨੂੰ ਕਬੂਤਰ ਤੋਂ ਅੱਛੇ ਮੁਤਾਸਰ ਗੁਜਰਾਂ ਦੇ ਵਿੱਚ ਹਾਂਜੀ ਮੈਂ ਅਕਸਰ ਤੁਹਾਡਾ ਨਾਮ ਲੈਣਾ ਹੈ ਮੈਂ ਦੇਖੋ ਜਦੋਂ ਅਸਾਂ ਆਪਣੇ ਵੇਖਿਆ ਨਾ ਆਦਮ ਛੋਟੇ ਛੱਤ ਤੇ ਕਬੂਤਰ ਉੱਡੇ ਨੇ ਜਦੋਂ ਆਪੀ ਅੱਖੀ ਵੇਲੇ ਤੇ ਫਿਰ ਬੰਦੇ ਹਾਂਜੀ ਤੁਸੀਂ ਇੰਤਜ਼ਾਮੀਆਂ ਲਾਉਂਦੇ ਹੁੰਦੇ ਹੋ ਉਹ ਬਾਦਸ਼ਾਹ ਹਰੀਆਂ ਦੇ ਰਹੇ ਸਨ ਦੂਰ ਕਰਕੇ ਬੰਦ ਕਰੋ ਰੰਗ ਪੂਰਾ ਖਾਓ ਬੰਦ ਕਰੋ ਇਹ ਠੀਕ ਹੋ ਗਏ ਚਲੋ ਜੀ ਹੁਣ ਚਾਹ ਪਾਣੀ ਪੀਏ ਲੋ ਜੀ ਫਿਰ ਪਹਿਲੋਂ ਇਧਰ ਦਾ ਧਿਆਨ ਲਿਆ ਨਾ ਹੁਣ ਤੁਹਾਨੂੰ ਆਪਣਾ ਨਾਲ ਹੈ ਘਰ ਨਵਾਂ ਮਹਾਨੇ ਆ ਤੋ ਘਰ ਹੀ ਹਾਨੇ ਉਹ ਦੋਸਤਾਂ ਨੂੰ ਥੋੜਾ ਜਿਹਾ ਸ਼ਾਰਟ ਕਲਿੱਪ ਦੇਾਂਗੇ ਨਾ ਹਾਂਜੀ ਗੱਲ ਤਾਂ ਹਾਂ ਠੀਕ ਹੀ ਥੀ ਵਧੀਆ ਕੀਤੀ ਸੋਹਣੀ ਤੂੰ ਬੰਦੇ ਸਿੱਧੇ ਜੇ ਹਾਂਜੀ ਐਂਡ ਦੇ ਮੈਂ ਜਿਹੜਾ ਖਤਮ ਕਰਾਂਗਾ ਲਫ਼ਜ਼ਾਂ ਦੇ ਵਿੱਚ ਅਗਰ ਮੈਨੂੰ ਲੱਗਾ ਥੋੜਾ ਜਜ਼ਬਾਤੀ ਹੋ ਗਏ ਤੁਸੀਂ ਨਹੀਂ ਨਹੀਂ ਤੇ ਤੁਸੀਂ ਆਪਣੇ ਹੋਸ਼ ਵਾਸਤੇ ਗੱਲ ਕੀਤੀ ਆ ਮੈਂ ਸਾਰਾ ਕੁਝ ਸਹੀ ਹੋਊਗਾ ਮੈਨੂੰ ਚੰਗਾ ਡਾਕਟਰ ਕੋਲ ਯਾਰ ਮੈਨੂੰ ਗੱਲਾਂ ਕਰਦਾ ਕਰਦਾ ਗੁੱਸਾ ਚੜ ਗਿਆ ਦੇਖੋ ਗੱਲ ਭਲਾ ਕੀ ਹੈ ਇੱਕ ਗੱਲ ਤੋਂ ਤੁਹਾਨੂੰ ਦੱਸਿਆ ਕਿ ਮੁੱਲਾਂ ਬਾਟੇ ਉਸ ਤੁਸੀਂ ਖਰੇ ਬੰਦੇ ਹੋ ਮੈਂ ਕਹਿਣਾ ਚਾਹ ਰਿਹਾ ਕਿ ਖਰੇ ਬੰਦਾ ਜਿਹੜਾ ਨਾ ਹਮੇਸ਼ਾ ਉਹ ਸੱਚੇ ਨਾਲ ਕਹਿੰਦਾ ਹੋਵੇ ਨਾ ਫਾਇਦਾ ਤੁਹਾਨੂੰ ਉਹਦੇ ਕੋਲ ਹੋਇਆ ਤਾਂ ਮੀਨੇ ਬੰਦੇ ਕੋਲ ਕਦੀ ਫਾਇਦਾ ਨਹੀਂ ਹੋਇਆ ਬਿਲਕੁਲ ਮੈਂ ਤੁਸੀਂ ਚਾਹੋ ਵੀ ਨਾ ਬਣਾਵਟੀ ਗੱਲ ਕਰਨੀ ਦੋ ਨੰਬਰ ਇਹ ਤੁਹਾਡੇ ਕੋਲ ਹੁੰਦੀ ਨਹੀਂ ਆ ਉਹ ਤੁਸੀਂ ਨਾ ਚਾਹੁੰਦੇ ਆ ਮੈਂ ਕੁਝ ਐਸੀਆਂ ਗੱਲਾਂ ਕਰ ਗਏ ਹੋ ਕਿ ਦੋਸਤਾਂ ਨੂੰ ਨਾਗਵਾਰ ਗੁਜ਼ਰ ਗਿਆ ਨੇ ਉਸਤਾਦ ਲੱਭਣਾ ਚਾਹੀਦਾ ਚੁਣ ਕੇ ਸ਼ਗਿਰਦ ਪਾਣਾ ਚਾਹੀਦਾ ਚੁਣ ਕੇ ਨਾ ਰਿਹਾ ਉਦੋਂ ਉਸਤਾਦ ਬਦਲੇ ਜਾਂਦੇ ਨੇ ਤੇ ਨਾ ਰੋ ਉਦੋਂ ਸ਼ਗਿਰਦ ਪਿਆ ਜਾਂਦਾ ਲਿਹਾਜ਼ਾ ਜਿਹੜਾ ਨਾ ਉਸਤਾਦ ਜਿਹੜਾ ਬੰਦਾ ਵੀ ਚੁਣਦਾ ਉਹ ਉਹਦੀ ਕਾਬਲੀਅਤ ਵੇਖ ਕੇ ਚੁਣੇ ਉਹਦੇ ਵਿੱਚ ਸਹਿਲੀਅਤ ਹੈ ਵੇ ਉਸਤਾਦ ਬਣਨ ਦੀ ਮੈਨੂੰ ਚੁਣਨਾ ਪਿਆ ਤੇ ਜੇ ਮਾਲ ਨਾਲ ਉਂਝ ਸ਼ਗਿਰਦ ਪੈਣਾ ਤਾਂ ਪਈ ਆਉਣ ਬਾਕੀ ਕਬੂਤਰ ਬਾਜ਼ੀ ਨਹੀਂ ਫਿਰ ਲੱਭਦੀ ਫਿਰ ਗੱਲਾਂ ਹੀ ਲੱਭਣ ਨਹੀਂ ਉਹ ਕਰੀ ਆਉਣ ਦੋਸਤੋ ਇਹ ਸਨ ਸਾਡੇ ਭਾਈ ਸਾਡੇ ਦੇ ਭਾਈ ਨੇ ਸਾਡੇ ਵਾਸਤੇ ਜਿਹੜਾ ਮੋਹਤਰਮ ਨੇ ਉਸਤਾਦ ਆਜ਼ਮ ਛੋਟਾ ਸਾਹਿਬ ਚੈਂਪੀਅਨ ਪੰਜਾਬ ਰਹੇ ਨੇ ਤੇ ਅਸੀਂ ਜਨਾਬ ਇਹਨਾਂ ਸਾਰੇ ਖਸੂਸੀ ਤੌਰ ਤੇ ਮੈਨੂੰ
मेरी किसी से भी यानी क्या होंगे ना तंजिया गल ए नहीं है पूरी दुनिया से मैं गल कर मेरी तंजिया गल नहीं किसी से भी चलो थोड़ी तो नहीं बन जाती वेखो भला की गल जे कोई काना हो तो कान महसूस होनी है तुम मैं पहलो भी गल दस जे ना हो ना हो चलो जनाब इस तौर कार काफी लंबी हो गई है बहुत शुक्रिया जनाब थोड़ा खुशी दावा दी अपने शौक वास्ते ਅਸੀਂ ਬੈਸ ਵੀ ਸ਼ੇ ਜਨਾਬ ਸਾਡਾ ਵੀਰ ਜਿਹੜਾ ਫਿਰ ਹੈਗਾ ਨਵੇਂ ਤੌਰ ਤੇ ਘਰ ਵਾਲੀ ਛੱਤ ਵਹਾਨੇ ਚਲੋ ਉਹ ਵੀ ਦਿਖਾਣੇ ਆ ਜੀ ਓਕੇ ਜਨਾਬ ਅੱਲਾ